यानी कि उस्ताद अपने कोशिश करें दे रह गए। बड़ी कोशिश की थी लेकिन नहीं लगी गड़ी। तो आज एक दुख दी खबर घिन के तुम्हारी खिदमत विच हाजिर थिंदा पे लाला अदनान अली। जिवें कि तुसें बस लेते पे यू टांग बस है, ये मुल्तान तो ट्रैवल करेंदे पे मियाँ वाले, तो इंदा रस्ते दे विच पठान होटल उत्ते जिहड़ी कि जगह मशहूर है पठान होटल, उत्थां इंदा एक्सीडेंट थी है। ਸਾਡੇ ਨਾਲ ਮੌਜੂਦ ਹਨ ਸਾਡੇ ਉਸਤਾਦ ਮੋਹਤਰਮ ਅਤੇ ਅਸ ਨਾਲ ਗੁਫ਼ਤਗੂ ਕਰੇ ਸੋ ਇਹ ਮੌਜੂਦ ਉੱਤੇ ਕਿ ਇਹ ਗੱਡੀ ਕਿਵੇਂ ਲੱਗੀ ਹੈ, ਕਿਹੜੀ ਜਗ੍ਹਾ 'ਤੇ ਲੱਗੀ ਹੈ, ਇਹਦਾ ਕਿਤਨਾ ਨੁਕਸਾਨ ਥੇ ਅਤੇ ਕਿਆ ਕਿਆ ਵਕੂਆ ਹੈ। ਵੀਡੀਓ ਕੋ ਲਾਈਕ ਸ਼ੇਅਰ ਵੀ ਜ਼ਰੂਰ ਕਰੇ ਸੋ। ਕਿਵੇਂ ਲੱਗੀ ਹੈ, ਕਹਿੰਦੀ ਗਫਲਾ ਅਤੇ ਡਰਾਈਵਰ ਗਫਲਾ ਅਤੇ ਟਰਾਲੀ ਵਾਲਾਂ ਦੀ ਟਰਾਲੀ ਰੋਡ 'ਤੇ ਖੜੀ ਕਰਕੇ ਲੈ ਗਏ। ਰੋਡ 'ਤੇ ਟਰਾਲੀ ਖੜੀ ਥੀ ਜੀ ਹਾਂਜੀ, ਕੋਈ ਸ਼ੈ ਉਹਦੇ ਪਿੱਛੇ ਨਹੀਂ ਰੱਖੀ, ਨਾ ਕੋਈ ਲਾਈਟ ਆਈ ਨਾ ਕੁਛ, ਕੌਣ ਆਈ ਕੌਣ ਵਗੈਰਾ ਵੀ ਕੁਛ ਹੈ, ਕੌਣ ਆਈ ਵਗੈਰਾ ਹੀ ਕੌਣ ਆਈ ਕੌਣ ਵਗੈਰਾ ਹੀ ਕੌਣ ਆਈ। अच्छा इंद्र ड्राइवर तुसा कहने पे अभी उस्ताद बे हैं ओ भाई और हैं सारे दोस्त हैं उस्ताद दस्तगीर। कोई जानी नुकसान सवारियों को तक नहीं पहुंचा? कोई नहीं पहुंचा। खून जरा नजर आंदा पे, खून केरी शायद है चारे कंडक्टर नु सट लगी है। कनेक्टर यानी कि दरवाजे विच खड़ा होते तो को सट लग जे जो उसनु सट लगी है। उस्ताद ड्राइवर को तो कुछ नहीं थी, कुछ सवारियां नहीं कुछ नहीं, ड्राइवर नु भी कुछ नहीं, सवारियां भी सट अंदर ड्राइवर ही सवारियां। अल्हम्दुलिल्लाह सवारियां बच गए, सिर्फ सारे दोस्त थे कंडक्टर शायद ਉਹਨੂੰ ਸੜ ਲੱਗੀ। ਨੁਕਸਾਨ ਥੀਆ ਪੇ ਗੱਡੀ ਦਾ, ਤਕਰੀਬਨ ਇਹ ਨੁਕਸਾਨ ਕਿਤਨੇ ਦਾ ਹੋ ਸੀ? ਇਹ ਅੰਦਾਜ਼ਾ ਹੈ 5-6 ਲੱਖ ਦਾ ਹੈ, ਯਾਨੀ ਕਿ 5-6 ਲੱਖ ਰੁਪਏ ਦਾ ਨੁਕਸਾਨ ਥੀ ਗਈ ਹੈ। ਇਹ ਸਿਰਫ ਸਿੱਲਿਆਂ ਜਿਹੜੇ ਟਰਾਲੀ ਲੱਡੀ ਵੰਦੇ ਉਹਦੇ ਗਫਲਤ ਦੀ ਵਜ੍ਹਾ, ਟਰਾਲੀ ਦੀ ਵਜ੍ਹਾ ਸਾਰਾ ਮਸਲਾ ਬਣਾ, ਟਰੈਕਟਰ ਵਾਲਿਆਂ ਦੀ ਵਜ੍ਹਾ ਥੀ। ਜਿਹੜੇ ਨਵੇਂ ਹਜ਼ਰਤ ਅੱਜ ਕੱਲ੍ਹ ਦੇ ਨਵੇਂ ਡਰਾਈਵਰ ਹਨ ਜਿਹੜੇ ਦੇਥੇ ਨੇ, ਜਿਵੇਂ ਹੁਣ ਟਰਾਲੀ ਖੜਾ ਕੇ ਚੱਲੇ ਗਏ ਰੋਡ ਦੇ ਉੱਤੇ, ਤੁਸੀਂ ਉਹਨਾਂ ਹਜ਼ਰਤ ਕੋ ਕੀ ਆਖਣਾ ਚਾਹੁੰਦੇ ਹੋ ਡਰਾਈਵਰ ਹਜ਼ਰਤ ਕੋ? ਉਹਨਾਂ ਨੂੰ ਆਦਿਆਂ ਬਈ ਆਪਣਾ ਸਾਈਡ ਤੇ ਲਗਾਈ ਕਰੋ, ਤੈਂ ਹੋਟਲ 'ਤੇ ਖੜੀ ਕੀਤੀ ਕਰੋ, ਜਾਂ ਉਹਦੇ ਪਿੱਛੋਂ ਕੋਈ ਨਿਸ਼ਾਨ ਦੇ ਦਿੱਤੀ ਕਰੋ, ਯਾਨੀ ਕਿ ਆਪਣੀ ਵਾਲੀ ਗੱਡੀ ਨੂੰ ਤਕਲੀਫ ਨਾ ਹੋਵੇ, ਪਿਛਲੀ ਗੱਡੀ ਨੂੰ ਤਕਲੀਫ ਨਾ ਹੋਵੇ, ਆਪਣੀ ਹਿਫਾਜ਼ਤ ਨਾਲ ਚੱਲਣ। ਇਹ ਗੱਡੀ ਕਿੱਥੋਂ ਤੋਂ ਕਿਹ ਤੱਕ ਟਰੈਵਲ ਕਰੇਗੀ? ਸਰ ਬਹਾਵਲਪੁਰ ਚ ਮੀਆਂ ਵਾਲੀ। ਡਰਾਈਵਰ ਹਜ਼ਰਾਤ ਤੋਂ ਇਹ ਗੁਜ਼ਾਰਿਸ਼ ਹੈ ਕਿ ਜਿਸ ਟਾਈਮ ਵੀ ਤੁਸੀਂ ਡਰਾਈਵਰੀ ਲੈਣ ਦੇ ਉੱਤੇ ਬਹੋ, ਤੁਸੀਂ ਡਰਾਈਵਰੀ ਕਰਨਾ ਪਵੋ ਤਾਂ ਅੱਲਾਹ ਕੋ ਯਾਦ ਕਰਦੇ ਇੱਕ ਤਾਂ ਸਭ ਤੋਂ ਪਹਿਲੇ ਬੈਠੇ ਕਰੋ, ਔਰ ਦੂਜਾ ਉਹ ਤੋਂ ਬਾਅਦ ਇਹ ਕਿ ਤੁਸੀਂ ਆਪਣਾ ਮੇਨਟੇਨ ਥੀ ਕਿ ਗੱਡੀ ਚਲਾਈ ਕਰੋ ਤਾਂ ਕਿ ਜਾਨੀ ਨੁਕਸਾਨ ਤੋਂ ਤੁਸੀਂ ਬਚ ਸਕੋ। ਅਗਰ ਇਹ ਤਕਰੀਬਨ ਨੁਕਸਾਨ ਦੇ ਬਾਰੇ ਗੱਲ ਕੀਤੀ ਬਣੇ ਉਸਤਾਦ ਹੁਣ ਯਾਦ ਪੈਣ ਕਿ ਮੁਲਤਾਨ ਤੋਂ ਗੱਡੀ ਟਰੈਵਲ ਕਰੇਂਦੀ ਹੈ, ਇਹ ਵੇਂਦੀ ਹੈ ਮੀਆਂ ਵਾਲੀ, ਇਹਦਾ ਕਿਰਾਇਆ 2000 ਰੁਪਇਆ, ਗੱਡੀ ਹੈ 49 ਸੀਟਰ, ਇਹਦੇ ਤਕਰੀਬਨ ਕੋਈ 1 ਲੱਖ ਰੁਪਏ ਦਾ ਇੱਕ ਚੱਕਰ ਹੈ, ਲੇਕਿਨ 1 ਲੱਖ ਦੀ ਵਜ੍ਹਾ ਕੋਲ ਗਫਲਤ ਥੋੜ੍ਹੀ ਜਿਹੀ ਕਰਨ ਦੇ ਬਾਵਜੂਦ ਇਹਦਾ ਨੁਕਸਾਨ ਥੀ ਗਏ 5 ਲੱਖ ਰੁਪਏ ਦਾ। ਉਹ ਗਫਲਤ ਉਸਤਾਦ ਦਿੰਦੇ ਨਹੀਂ ਜਿਹੜੀ ਗੱਲ ਉਸਤਾਦ ਦੇ ਪਿੰਡ ਕੇ ਗੂ ਟਰੈਕਟਰ ਟਰਾਲੀ ਖੜੀ ਤੀ ਰੋਡ ਦੇ ਦਰਮਿਆਨ ਦੇ ਵਿੱਚ, ਲੇਕਿਨ ਉਹਨਾਂ ਨੇ ਕੋਨਾ ਜਾਂ ਇਸ਼ਾਰੇ ਕੁਸ਼ਨ ਲਾਈ ਹੋਈ ਆਈ ਤਾਂ ਇਹ ਗੱਡੀ ਪਿੱਛੋਂ ਬਣ ਕੇ ਸੈਟ ਅੱਗੋਂ ਸਾਹਮਣੇ, ਜਿਵੇਂ ਗੱਡੀ ਦੀ ਸ਼ਫਾ ਆਈ ਹੈ ਲਾਈਟ ਆਈ ਹੈ ਤਾਂ ਗੱਡੀ ਬਣ ਕੇ ਸੈਟ ਲੱਗ ਗਈ ਹੈ। ਜਿਹੜੇ ਵੇਲੇ ਗੱਡੀ ਲੱਗੀ ਹੈ ਹੁਣ ਸਵਾਰੀਆਂ ਕਿਤਨਾ ਹਨ? ਪੰਜ 30 ਸਵਾਰੀਆਂ ਹਨ ਗੱਡੀ, ਯਾਨੀ ਕਿ ਮੁਕੰਮਲ ਫੁੱਲ ਲੋਡ ਕੋਈ ਨਾ? ਨਹੀਂ 30 ਸਵਾਰੀਆਂ ਹਨ। ਜਿਸ ਟਾਈਮ ਗੱਡੀ ਲੱਗਣ ਪਈ ਹੈ ਨਾ ਉਸਤਾਦ ਉਹਨੇ ਗੱਡੀ ਕੰਟਰੋਲ ਕੀਤੀ ਹੈ, ਬ੍ਰੇਕ ਲੈਂਦੇ ਰਹਿ ਗਏ ਜਾਂ ਜਿਵੇਂ ਯਕਦਮ ਅਚਾਨਕ ਗੱਡੀ ਲੱਗ ਗਈ? ਨਹੀਂ ਕੰਟਰੋਲ ਕੀਤੀ ਹੈ ਲੇਕਿਨ ਨਹੀਂ ਕੰਟਰੋਲ ਹੋਈ, ਯਾਨੀ ਕਿ ਉਸਤਾਦ ਆਪਣੀ ਕੋਸ਼ਿਸ਼ ਕਰਦੇ ਰਹਿ ਗਏ। ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਨਹੀਂ ਲੱਗ ਗਈ ਗੱਡੀ, ਲੇਕਿਨ ਗੱਡੀ ਨੁਕਸਾਨ ਠੀਕ ਹੈ, ਯਾਨੀ ਕਿ ਅਚਾਨਕ ਹਮਲਾ ਥੀ, ਅਚਾਨਕ ਨੁਕਸਾਨ, ਅਚਾਨਕ। ਚਲੋ ਅੱਲਾਹ ਪਾਕ ਕਰਮ ਕਰੇ ਸੀ ਇਨਸ਼ਾਅੱਲਾ।